ਹੋਈ ਸੀ ਮੀਟਿੰਗ ਦੋ ਬਿੱਲ ਕਰਤੇ ਪਰ ਹੁਣ ਦੇਣਾ ਕੋਈ ਨਿਰਣੇ ਹੈਗਾ ਬੇਸਿੱਟਾ ਨਹੀਂ ਜੀ ਕਿੰਨੀ ਤਰੀਕ ਅਗਲੀ ਕਿੰਨੀ ਤਰੀਕ 8 ਤਰੀਕ ਆ ਜੀ 8 ਤਰੀਕ 8 ਤਰੀਕ ਪਾਦੀ ਤਾਂ ਉਮੀਦਾਂ ਬਹੁਤ ਸੀ ਸਰਵਨ ਸਿੰਘ ਜੀ ਅੱਜ ਵੀ ਸ਼ਾਇਦ ਕੁਝ ਨਿਕਲੂਗਾ ਪਰ ਕੁਝ ਵੀ ਨਹੀਂ ਨਿਕਲੂਗਾ ਜੀ ਕੁਝ ਵੀ ਨਹੀਂ ਨਿਕਲਣਾ ਜੀ ਕੁਝ ਵੀ ਨਹੀਂ ਨਿਕਲਿਆ ਸਰਕਾਰ ਦੀ ਨੀਤ ਮਾੜੀ ਆ ਨੀਤੀ ਮਾੜੀ ਆ ਬਸ ਕੋਈ ਬਹਿਸਬਾਜ਼ੀ ਨਹੀਂ ਹੋਈ ਉੱਥੇ ਬਸ ਬਹਿਸਬਾਜ਼ੀ ਹੋਈ ਆ ਉਹ ਆਪਣੀ ਗੱਲ ਤੇ ਅੜੇ ਹੋਏ ਆ ਜੀ ਕੁਝ ਵੀ ਨਹੀਂ ਨਿਕਲਣ ਵਾਲਾ ਹੈਗਾ ਮੀਟਿੰਗਾਂ ਜੋ ਲੱਗ ਗਿਆ ਇਹ ਲੰਬਾ ਚੱਲੂਗਾ ਅੰਦੋਲਨ ਤੇ ਲੋਕਾਂ ਨੂੰ ਦੀ ਤਿਆਰੀ ਕਰਨੀ ਚਾਹੀਦੀ ਸੰਘਰਸ਼ ਲੰਮਾ ਚੱਲੂਗਾ ਜਿਹੜੀਆਂ ਕਿਸਾਨਾਂ ਦੀਆਂ ਮੌਤਾਂ ਸ਼ਹੀਦੀਆਂ ਹੋ ਰਹੀਆਂ ਉਹਨਾਂ ਤੇ ਸਰਕਾਰ ਨੇ ਕੋਈ ਮੜਾ ਬਿਲਕੁਲ ਜਾਂ ਤੁਹਾਡੇ ਤੇ ਕਹਿ ਤੇ ਕੀਤਾ ਅਸੀਂ ਕਿਹਾ 1 ਮਿੰਟ ਮੌਨ ਧਰਿਆ ਉਹਨਾਂ ਨੂੰ ਕਿਸਾਨਾਂ ਦੀਆਂ ਮੌਤਾਂ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਹਾਡੇ ਕਹਿ ਤੇ ਕੀਤਾ ਆਪਣੇ ਆਪਣੀ ਫੀਲ ਉਹਨਾਂ ਨੂੰ ਬਿਲਕੁਲ ਨਹੀਂ ਉਹਨਾਂ ਨੂੰ ਫੀਲ ਹੈਗਾ ਬਿਲਕੁਲ ਸਰਕਾਰ ਅੜੀ ਹੋਈ ਆ ਉਹ ਕੋਈ ਕਿਸਾਨ ਅੰਦੋਲਨ ਨੂੰ ਅਹਿਮ ਦਰਜਾ ਨਹੀਂ ਦੇ ਰਹੀ ਤੇ ਨਾ ਉਹਨਾਂ ਦਾ ਕੋਈ ਰਾਦਾ ਹੈਗਾ ਐਮਐਸਪੀ ਤੇ ਕਹਿੰਦੇ ਐਮਐਸਪੀ ਤੇ ਕੋਈ ਰਾਜੀ ਹੋਏ ਸੀ ਥੋੜਾ ਬਹੁਤ ਐਮਐਸਪੀ ਵਾਸਤੇ ਐਮਐਸਪੀ ਤੇ ਵੀ ਕੋਈ ਚਰਚਾ ਵੀ ਕੁਝ ਵੀ ਨਹੀਂ ਬੇਸਿੱਟਾ ਰਹੀ ਮੀਟਿੰਗ ਜੀ ਮੀਟਿੰਗ ਮੇ ਕੋਈ ਨਿਰਣੇ ਨਹੀਂ ਹੋ ਸਕਾ ਸਿਰ ਤਾਰੀਖ ਪੇ ਤਾਰੀਖ ਡਲ ਰਹੀ ਹੈ ਟਰੈਕਟਰ ਮਾਰਚ ਦੀ ਤਿਆਰੀ ਹੈ 6 ਤਰੀਕ ਦੀ ਟਰੈਕਟਰ ਹਮਾਰਾ ਤੋਂ ਯਹੀ ਏਜੰਡਾ ਵੀ 3 ਕ੍ਰਿਸ਼ੀ ਕਾਨੂੰਨ ਵਾਪਸ ਲਿਏ ਜਾਏ ਕੁਝ ਵੀ ਨਹੀਂ ਕਹਾ ਸਰਕਾਰ ਆਪਣੇ ਮੁੱਦੇ ਪਰ ਅੜਿਕ ਹੈ ਸਰਕਾਰ ਕੋਈ ਢੀਲ ਨਹੀਂ ਉਹ ਮੀਟਿੰਗ ਬੇਸਿੱਟਾ ਅਗਲੀ ਮੀਟਿੰਗ 8 ਤਰੀਕ ਨੂੰ ਹਰਮੀਤ ਕਾਦੀਆਂ ਨਾਲ ਗੱਲਬਾਤ ਕਰਾਂਗੇ ਸਾਰੇ ਜਿੱਥੇ ਬੱਜੇ 450 ਜਿੱਥੇ ਬੰਦੀਆਂ ਨੇ ਵਾਪਸੀ ਕਰਾ ਕੇ ਜਾਣਾ ਠੀਕ ਹੈ ਐਮਐਸਪੀ ਤੇ ਗੱਲ ਹੋਈ ਕੋਈ ਐਮਐਸਪੀ ਤੇ ਕੋਈ ਗੱਲ ਨਹੀਂ ਹੋਈ ਕੋਈ ਉਹਦੀ ਗੱਲਬਾਤ ਤੇ ਅੱਜ ਮੀਟਿੰਗ ਬਹੁਤ ਥੋੜੇ ਸਮਾਂ ਚੱਲੀ ਹੈ ਕਾਰਨ ਕੀ ਹੈ ਤੇ ਥੋੜਾ ਗੱਲ ਹੀ ਨਹੀਂ ਮੰਨੀ ਹੈਗੀ ਉਹਨਾਂ ਨੇ ਸਾਡੀ ਹਾਂ ਫਿਰ ਅਸੀਂ ਬਾਹਰ ਕਾਦੀਆਂ ਜੀ ਠੀਕ ਹੈ ਸੈਟਿੰਗ ਤੇ ਤੁਸੀਂ ਲਾਈਵ ਹੋ ਇਹ ਦੱਸੋ ਤਸਵੀਰਾਂ ਤੁਸੀਂ ਜਿਹੜੀਆਂ ਲਗਾਤਾਰ ਦੇਖ ਰਹੇ ਹੋ ਗੱਲਬਾਤ ਹੋਈ ਹੱਥ ਜੋੜ ਦਿਓ ਨਜ਼ਰ ਆਏ ਤਾਂ ਨਹੀਂ ਹੱਥ ਜੋੜ ਦੇ ਨਜ਼ਰ ਆਏ ਉਹ ਵੀ ਉਹ ਬੰਦਾ ਉਹੀ ਕਰ ਰਹੇ ਸੀਗੇ ਉਹਨਾਂ ਨੇ ਆਪਣਾ ਕਾਨੂੰਨ ਵਾਪਸ ਲਿੱਤੇ ਹੈਗੇ ਕਾਨੂੰਨ ਵਾਪਸ ਲੈਣੇ ਤਾਂ ਗੱਲ ਆ ਕਾਨੂੰਨ ਵਾਪਸ ਲੈਣ ਦਾ ਸਮਾਂ ਚਾਹੀਦਾ ਸੀਗਾ ਸਮਾਂ ਦੇ ਕੇ ਤਾਂ ਕਾਨੂੰਨ ਵਾਪਸ ਲਿੱਤੇ ਸੀਗੇ ਤੇ ਉਹ ਲਿੱਤੇ ਨਹੀਂ ਹੈਗੇ ਉਹਨਾਂ ਨੇ ਤੇ ਐਮਐਸਪੀ ਤੇ ਗੱਲ ਨਹੀਂ ਹੋ ਪਾਈ ਇਸ ਗੱਲ ਸਰਕਾਰ ਲਗਾਤਾਰ ਅੱਜ ਕਹਿ ਰਹੀ ਸੀ ਕਿ ਐਮਐਸਪੀ ਤੇ ਚਰਚਾ ਕਰੋ ਅਸੀਂ ਤੁਹਾਡੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ ਐਮਐਸਪੀ ਨੂੰ ਲੈ ਕੇ ਤੇ ਐਮਐਸਪੀ ਤੇ ਗੱਲ ਕੀਤੀ ਪਰ ਕਾਨੂੰਨ ਦੀ ਜਿਹੜੀ ਮੇਨ ਗੱਲ ਸੀ ਜਿਹੜੀ ਰਿਪੀਲ ਕਰਨੇ ਆ ਰਿਪੀਲ ਦੀ ਅਸੀਂ ਪੱਕੇ ਤੌਰ ਤੇ ਗਏ ਹੱਥ ਖੜੇ ਕਰਕੇ ਵੀ ਟੇਬਲ ਵਜਾ ਕੇ ਵੀ ਇਹ ਸਾਰੇ 450 ਜਥੇਬੰਦੀ ਦਾ ਫੈਸਲਾ ਵੀ ਰਿਪੀਲ ਹੀ ਹੋਣ ਲਓ ਗੱਦੀਆ ਸਾਹਿਬ ਟਰੈਕਟਰ ਵਾਲੀ ਹੋ ਗਈ ਹੁਣ 6 ਤਰੀਕ ਨੂੰ ਲੈ ਕੇ ਉਹ ਕੱਲ ਫੈਸਲਾ ਕੀਤਾ ਜਾਊਗਾ ਕੱਲ 2 ਵਜੇ ਮੀਟਿੰਗ ਹੋਈ ਐਮਐਸਪੀ ਨੂੰ ਲੈ ਕੇ ਜਥੇਬੰਦੀਆਂ ਨੇ ਗੱਲ ਕਿਉਂ ਨਹੀਂ ਕੀਤੀ ਕਿਉਂ ਗੱਲ ਪਹੁੰਚੀ ਨਹੀਂ ਉੱਥੇ ਤੱਕ ਰਿਪੀਲ ਤਾਂ ਗੱਲ ਨਹੀਂ ਰਹੀ ਅਗਲਾ ਮੀਟਿੰਗ ਹੋਏ ਤਾਂ ਹੁਣ ਅਗਲੀ ਮੀਟਿੰਗ ਅਗਲੀ ਕਿ ਹੋਏਗੀ 8 ਤਰੀਕ 2 ਵਜੇ ਹੋਊਗੀ ਤਾਂ ਪੰਜਾਬ ਦੀ ਅਗਲੀ ਰਣਨੀਤੀ ਕਿਸਾਨ ਜਥੇਬੰਦੀਆਂ ਦੀ ਅਗਲੀ ਕੱਲ ਮੀਟਿੰਗ 2 ਵਜੇ ਸ਼ੁਰੂ ਹੋ ਜਾਣੀ ਹੈ ਸੁਜੁਕਤ ਮੋਰਚੇ ਦੀ ਸੋ ਮੀਟਿੰਗ ਹੈ ਜੋ ਬੇਸ਼ਿਤਾ ਰਹੀ ਹੈ ਕਾਦੀਆ ਸਾਹਿਬ ਜੇਕਰ ਕਾਦੀਆ ਜੀ ਜਾਣਕਾਰੀ ਦੇ ਰਹੇ ਨੇ ਸੋ ਮੀਟਿੰਗ ਬੇਸ਼ਿਤਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿਸਾਨ ਆਗੂ ਬਾਹਰ ਆ ਰਹੇ ਨੇ ਮੀਟਿੰਗ ਦੇ ਵਿੱਚੋਂ ਕਿਸਾਨ ਨੂੰ ਰੱਦ ਕਰਨ ਦੇ ਲਈ ਐਮਐਸਪੀ ਦਾ ਕਾਨੂੰਨ ਬਣਾਉਣ ਦੇ ਲਈ ਬਾਤ ਚੀਤ ਹੋਣਾ ਕੀ ਕਰਾ ਹੋ ਔਰ ਤੀਨ ਕਾਨੂੰਨ ਰੱਦ ਕਰਨ ਦੇ ਲਈ ਕੋਈ ਮਨਸ਼ਾ ਨਹੀਂ ਹੈ ਸਰਕਾਰ ਦਾ ਰਾਜਾ ਨਹੀਂ ਹੈ ਸਰਕਾਰ ਵਹਾਂ ਪਰ ਹੀ ਖੜੀ ਹੈ ਜਹਾਂ ਪਰ ਪਹਿਲੇ ਖੜੀ ਸੀ ਸਰਕਾਰ ਕਾਨੂੰਨੋਂ ਕੋ ਰੱਦ ਕਰਨ ਦੇ ਲਈ ਤਿਆਰ ਨਹੀਂ ਜਥੇਬੰਦੀਆਂ ਇਸੇ ਨੀਚੇ ਬਾਤ ਕਰਨ ਦੇ ਲਈ ਤਿਆਰ ਉਗਰਾਹ ਸਾਹਿਬ ਹੁਣ ਅਗਲੀ ਰਣਨੀਤੀ ਕੀ ਹੈ अगली रणनीति है संघर्ष 8 तारीख को सरकार ने दोबारा समा लिया है ये 4-5 दिन हमें सोचने के लिए अपील करना है तो रद्द करना है आपने क्या 4-5 दिन के लिए उनके टाइम मांगा 8 तारीख को दोबारा 2 बजे मीटिंग रखी है तो लगता है कि कोई अच्छी गलबत निकलेगी या फिर सरकार इसी देखिए हमें नहीं लगता अभी बहुत छेदी सरकार मान जाएगी सरकार के ऊपर दबाव डालना होगा इसीलिए हम आंदोलन करते रहेंगे उग्रह साहब हाँ पाव तो की लगता है उन्होंने बॉडी लैंग्वेज की गल करिए हाँ पाव तो की लगता है तो सानू ऐ लगता है ਤੋਮਰ ਸਾਹਿਬ ਦੇ ਹੱਥ 'ਚ ਕੁਛ ਨਹੀਂ ਉਹਨਾਂ ਦੇ ਪਿੱਛੇ ਇੱਕ ਪਾਵਰ ਬੈਠੀ ਹੈ ਜਿਨ੍ਹਾਂ ਨੇ ਉਹਨਾਂ ਦੀ ਬਾਹ ਮਰੋੜੀ ਹੋਈ ਹੈ ਉਹਦੇ ਕਰਕੇ ਉਹ ਫੈਸਲਾ ਲੈਣ ਦੀ ਹਾਲਤ 'ਚ ਨਹੀਂ ਇਸ ਕਰਕੇ ਸਾਨੂੰ ਐ ਲੱਗਿਆ ਵੀ ਜਿਵੇਂ ਤੋਮਰ ਸਾਹਿਬ ਮਜਬੂਰ ਹਾਲਤ 'ਚ ਬੈਠੇ ਹੁੰਦੇ ਆ ਲੇਕਿਨ ਇਹ ਆਂਦੋਲਨ ਆ ਗਿਆ ਜਗਿੰਦਰ ਤੋਮਰ ਮਜਬੂਰ ਹਾਲਤ ਦੇ ਵਿੱਚ ਹੈ ਜਗਿੰਦਰ ਉਗਰਾਹਾਂ ਦਾ ਬਿਆਨ ਤੇ ਜੇਕਰ ਅਸੀਂ ਇਸ ਵਕਤ ਮੀਟਿੰਗ ਦੀ ਗੱਲ ਕਰ ਲਈਏ ਤਾਂ ਇਸ ਮੀਟਿੰਗ ਦੇ ਵਿੱਚੋਂ ਕੁਝ ਨਿਕਲ ਕੇ ਸਾਹਮਣੇ ਆਇਆ ਬੇਸ਼ਿਤਾ ਰਹੀ ਹੈ ਮੀਟਿੰਗ ਕਿਸਾਨ ਆਗੂ ਬਾਹਰ ਆਉਂਦੇ ਹੋਏ ਜਗਿੰਦਰ ਜੀ ਮੀਟਿੰਗ ਦੀ ਗੱਲ ਕਰ ਲਈਏ ਤਾਂ ਐਮਐਸਪੀ ਦੀ ਕੋਈ ਚਰਚਾ ਹੋਈ ਹੈ ਐਮਐਸਪੀ ਤੇ ਮੀਟਿੰਗ ਜਿਹੜੀ ਰਹੀ ਹੈ ਤੇ ਕੀ ਕੁਝ ਰਿਹਾ ਵੈ ਦੇਖੋ ਅੱਜ ਦੀ ਮੀਟਿੰਗ ਜਿਹੜੀ ਹੈਗੀ ਆ ਉਹਦੇ 'ਚ ਦੋ ਹੀ ਗੱਲਾਂ ਹੋਈਆਂ ਨੇ ਕਿ ਇੱਕ ਤਾਂ ਅਸੀਂ ਜਿਹੜੇ ਇਹ ਕਾਨੂੰਨ ਹੈਗੇ ਆ ਉਹ ਰੱਦ ਕਰਾਉਣੇ ਆ ਔਰ ਐਮਐਸਪੀ ਨੂੰ ਜਿਹੜਾ ਕਾਨੂੰਨੀ ਅਧਿਕਾਰ ਬਣਾਉਣਾ ਹੈਗਾ ਸਰਕਾਰ ਅੱਜ ਐਮਐਸਪੀ ਨੂੰ ਲੈ ਕੇ ਚਰਚਾ ਕਰਨਾ ਜਾ ਰਹੀ ਸੀ ਜਥੇਬੰਦੀਆਂ ਨਹੀਂ ਮੰਨੀਆਂ ਨਹੀਂ ਸਰਕਾਰ ਐਮਐਸਪੀ ਨੂੰ ਦੂਜੇ ਨੰਬਰ ਤੇ ਲੈ ਕੇ ਗੱਲ ਕਰਨਾ ਚਾਹੁੰਦੀ ਆ ਪਹਿਲਾਂ ਅਸੀਂ ਕਹਾਂ ਕਿ ਪਹਿਲਾਂ ਤਿੰਨੋਂ ਕਾਨੂੰਨ ਰੱਦ ਕਰੋ ਉਸ ਤੋਂ ਬਾਅਦ ਅਸੀਂ ਐਮਐਸਪੀ ਤੇ ਚਰਚਾ ਕਰਾਂਗੇ ਤੇ ਜ਼ਰੂਰ ਚਰਚਾ ਕਰਾਂਗੇ ਸਰਕਾਰ ਨੇ ਕਿਹਾ ਵੀ ਕੀ ਤੁਹਾਡਾ ਅੰਤਮ ਫੈਸਲਾ ਤਾਂ ਅਸੀਂ ਮੇਜ਼ ਖੜਕਾ ਕੇ ਤੇ ਹੱਥ ਖੜੇ ਕਰਕੇ ਤਾਂ ਵੀ ਇਹ ਸਾਡਾ ਅੰਤਮ ਫੈਸਲਾ 1 ਇੰਚ ਵੀ ਅਸੀਂ ਇੱਧਰ ਉੱਧਰ ਨਹੀਂ ਹੋਣਾ ਤਿੰਨੋਂ ਕਾਨੂੰਨ ਹੀ ਰੱਦ ਕਰਾਉਣੇ ਆ ਔਰ ਐਮਐਸਪੀ ਨੂੰ ਜਿਹੜਾ ਲੀਗਲ ਰਾਈਟ ਹੈਗਾ ਉਹ ਬਣਾਉਣਾ ਔਰ ਇਹ ਜਿਹੜੀ ਸਰਕਾਰ ਅੱਜ ਤੱਕ ਪ੍ਰਵਾਹ ਨਹੀਂ ਕਰਦੀ ਸੀਗੀ ਅੱਜ ਅਸੀਂ ਮਜਬੂਰ ਕੀਤਾ ਇਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜੇ ਉਹਨਾਂ ਨੂੰ ਅੱਜ ਇਹਨਾਂ ਨੇ ਸ਼ਰਧਾਂਜਲੀ ਦੇ
ਕੇ ਸ਼ਹੀਦ ਮੰਨ ਲਿਆ ਸਾਰੇ ਲੋਕਾਂ ਨੂੰ ਤੇ ਫਿਰ ਸ਼ਹੀਦ ਕਿਸ ਗੱਲ ਦੇ ਸ਼ਹੀਦ ਆ ਉਹ ਦੇਸ਼ ਦੀ ਜ਼ਮੀਨ ਬਚਾਉਣ ਲਈ ਸ਼ਹੀਦ ਆ ਸਰਮਾਏਦਾਰਾਂ ਤੋਂ ਦੇਸ਼ ਦਾ ਅਨਾਜ ਬਣਾਉਣ ਲਈ ਸ਼ਹੀਦ ਆ ਇਸ ਕਰਕੇ ਸਾਰੇ ਲੋਕਾਂ ਦੀ ਜਿਹੜੀ ਗੱਲ ਆ ਮੰਨਣੀ ਚਾਹੀਦੀ ਤੇ ਕਾਨੂੰਨ ਜਿਹੜੇ ਆ ਰੱਦ ਕਰਨੇ ਚਾਹੀਦੇ ਆ ਵਿੱਚ ਮੌਨ ਵਰਤ ਰੱਖਿਆ ਗਿਆ ਸ਼ਰਧਾਂਜਲੀ ਦਿੱਤੀ ਗਈ ਬਿਲਕੁਲ ਜੀ ਅਸੀਂ ਸ਼ਰਧਾਂਜਲੀ ਦਿੱਤੀ ਔਰ ਨਾਲ ਉਹ ਖੜੇ ਹੋਏ ਮਜਬੂਰ ਹੋਏ ਆ ਸ਼ਰਧਾਂਜਲੀ ਦੇਣ ਵਾਸਤੇ ਔਰ ਸਾਡੀ ਮੰਗ ਆ ਕਿ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਆ ਉਹਨਾਂ ਦੀ ਜਿਹੜੀ ਇੱਛਾ ਹੈਗੀ ਉਹ ਵੀ ਪੂਰੀ ਕਰੇ ਰਾਜੇਵਾਲ ਹੋਰੀ ਕਾਫੀ ਤਲਖੀ ਰਾਜੇਵਾਲ ਹੋਰੀ ਕਾਫੀ ਨਾਰਾਜ਼ ਨਜ਼ਰ ਸੀਗੇ ਨਹੀਂ ਦੇਖੋ ਨਾਰਾਜ਼ ਵਾਲੀ ਕੋਈ ਖਾਸ ਗੱਲ ਨਹੀਂ ਗੀ ਅਸੀਂ ਸਾਰੀ ਇਸ ਗੱਲ ਨੂੰ ਤਾਂ ਸਰਕਾਰ ਦੇ ਨਾਲ ਕਿਹੜਾ ਖੁਸ਼ ਹਾਂ ਕਿ ਸਰਕਾਰ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੇ ਮਸਲਾ ਜਿਹੜਾ ਹੱਲ ਨਹੀਂ ਕਰ ਰਹੀ फोटो खिच के जिहड़ी वायरल करदे हैगे आ असीं अपना लंगर लैके आए गुरु घर दे विचों किसे मंत्री नाल जिहड़ी गल होई आ मीटिंग हॉल दे विच होई आ भी कोई उहनां दे नाल जिहड़ा हैगा ओह नहीं रखी अगली मीटिंग जिहड़ी 8 तरीक नूं आ जिंदे च सरकार इह तय करके आऊगी और अपील दा की प्रोसीजर अडोप्ट करती आ उन्होंने सानू पुछा भी तुहाडा अंतम फैसला अजी कहिंदे कि साडा अंतम फैसला अपील तो एक इंच भी असीं इधर उधर जिहड़ा हैगा तुसीं इह गल कह रहे हो सरकार तय करके आऊगी सरकार ने कोई मंग तुहाडे कोल होर लई है कि लिखती नूं पुछ लिया है की नूं लेके नहीं लिखती तां असीं चार मंगा ਸਰਕਾਰ ਜੀ ਜਿਹੜੀਆਂ ਲਿਖਾ ਚੁੱਕੇ ਹੈਗੇ ਆ ਕਿ ਤਿੰਨੋਂ ਕਾਨੂੰਨ ਰੱਦ ਕਰਾਉਣੇ ਹੈਗੇ ਆ ਐਮਐਸਪੀ ਨੂੰ ਲੀਗਲ ਰਾਈਟ ਬਣਾਉਣਾ ਬਿਜਲੀ ਸੋਧ ਬਿੱਲ ਜਿਹੜਾ ਰੱਦ ਕਰਾਉਣਾ ਪਰਾਲੀ ਪ੍ਰਦੂਸ਼ਣ ਵਾਲਾ ਮਾਮਲਾ ਜਿਹੜਾ ਹੈਗਾ ਉਹ ਰੱਦ ਕਰਾਉਣਾ ਚਾਰ ਮੰਗਾਂ ਨੇ ਬਿਲਕੁਲ ਸਾਫ ਆ ਔਰ ਉਹਨਾਂ ਨੇ ਪਿਛਲੀ ਵਾਰੀ ਕਿਹਾ ਕਿ ਅੱਜ ਵੀ ਕਿਹਾ ਕਿ ਅਸੀਂ 10 ਕਦਮ ਸਰਕਾਰ ਅੱਗੇ ਆਈ ਆ ਤੁਸੀਂ ਇੱਕ ਕਦਮ ਅੱਗੇ ਆਓ ਅਸੀਂ ਕਿਹਾ ਵੀ ਇਹ ਉਸ ਤਰ੍ਹਾਂ ਦਾ ਸੰਘਰਸ਼ ਨਹੀਂ ਹੈਗਾ ਵੀ 7 ਮੰਗਾਂ ਰੱਖ ਲਈਆਂ 4 ਮਨਾ ਲਓ 5 ਮਨਾ ਲਓ ਅਸੀਂ ਪਹਿਲਾਂ ਹੀ ਉਹਨੀਆਂ ਮੰਗਾਂ ਰੱਖੀਆਂ ਜਿਹਦੇ 'ਚ ਕੋਈ ਮੰਗ ਨਹੀਂ ਛੱਡੀ ਜਾ ਸਕਦੀ ਅਸੀਂ ਇਹ ਸਾਰੀਆਂ ਮੰਗਾਂ ਹੀ ਮਨਵਾਉਣੀਆਂ ਨੇ ਔਰ ਸਾਰੀਆਂ ਮੰਗਾਂ ਮਨਵਾਏ ਤੋਂ ਬਿਨਾਂ ਇੱਥੋਂ ਜਿਹੜਾ ਹੈਗਾ ਉਹ ਨਹੀਂ ਉੱਠਣਾ ਗਾ ਤੁਸੀਂ ਜੇ ਹੋਰ ਲੋਕਾਂ ਨੂੰ ਕੁਰਬਾਨੀਆਂ ਲੈਣੀਆਂ ਚਾਹੁੰਦੀਆਂ ਕੁਰਬਾਨੀ ਲੈ ਲਓ ਇੰਨੀ ਸਰਦੀ ਆ ਬਾਰਿਸ਼ ਪੈ ਰਹੀ ਆ 18-18 ਸਾਲਾਂ ਦੇ ਲੋਕਾਂ ਦੇ ਨੌਜਵਾਨ ਪੁੱਤ ਜਿਹੜੇ ਇੱਥੇ ਬਾਰਡਰ ਦੇ ਉੱਪਰ ਸ਼ਹੀਦ ਹੋ ਰਹੇ 70 ਤੋਂ ਉੱਪਰ ਲੋਕ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਇੱਕ ਤਾਂ ਨਾ ਸਰਕਾਰਾਂ ਆਪਾਂ ਕਹਿੰਦੇ ਕੋਈ ਦੂਰ ਦ੍ਰਿਸ਼ਟੀ ਹੁੰਦੀ ਆ ਇਹ ਸਰਕਾਰ ਕੋਲ ਤਾਂ ਦ੍ਰਿਸ਼ਟੀ ਵੀ ਹੈ ਨਹੀਂਗੀ ਜਿਹੜੀ ਦੇਖ ਨਹੀਂ ਪਾ ਰਹੀਗੀ ਲੱਖਾਂ ਲੋਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਿਰੋਧ ਹੋ ਰਿਹਾ ਯੂਐਨਓ ਦੇ ਵਿੱਚ ਮਾਮਲਾ ਹੈਗਾ ਉੱਠਿਆ ਹੋਇਆ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਕਿ ਕਿਸਾਨਾਂ ਨੂੰ ਜਿਹੜਾ ਪੀਸਫੁਲ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਅਸੀਂ ਇਹ ਵੀ ਮੁੱਦਾ ਉਠਾਇਆ ਸੀ ਕੱਲ ਜਿਹੜਾ ਰਾਜਸਥਾਨ 'ਚ ਆਉਂਦੇ ਕਿਸਾਨਾਂ ਤੇ ਤੁਸੀਂ ਲਾਠੀ ਚਾਰਜ ਕੀਤਾ ਔਰ ਇਹ ਤੁਹਾਡੇ ਜਿਹੜੇ ਟੀਅਰ ਗੈਸ ਦੇ ਗੋਲਿਆਂ ਦੇ ਨਾਲ ਇੱਕ ਟਰਾਲੀ 'ਚ ਅੱਗ ਲੱਗੀ ਆ ਜਿਸ ਟਰਾਲੀ ਨੂੰ ਅੱਗ ਲੱਗੀ ਆ ਉਹਦੇ 'ਚ ਗੈਸ ਸਿਲੰਡਰ ਵੀ ਸੀਗੇ ਕਿੱਡਾ ਧਮਾਕਾ ਹੋ ਸਕਦਾ ਸੀ ਔਰ ਕਿੱਥੋਂ ਤੱਕ ਉਹ ਫੈਲ ਸਕਦਾ ਸੀ ਕਿੰਨੀਆਂ ਜਾਨਾਂ ਜਾ ਸਕਦੀਆਂ ਸੀਗੀਆਂ ਪਰ ਇਹ ਸਰਕਾਰ ਨੂੰ ਸਿਰਫ ਸਰਮਾਏਦਾਰ ਨਰਿੰਦਰ ਤੋਮਰ ਜੀ ਵਾਰ ਵਾਰ ਮੀਟਿੰਗ ਚੁੱਕ ਕੇ ਬਾਹਰ ਜਾਂਦੇ ਸੀ ਫੋਨ ਕਾਲ ਨੂੰ ਲਾ ਕੇ ਲੱਗਦਾ ਕਿ ਹਾਲੇ ਵੀ ਉੱਪਰੋਂ ਇਸ਼ਾਰਾ ਭਾਲਦੇ ਆ ਦੇਖੋ ਇਸ ਮੀਟਿੰਗ ਦੇ ਇਸ ਸਰਕਾਰ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਕਹਿੰਦੇ ਨੇ ਕਿ ਹਮ ਦੋ ਹਮਾਰੇ ਦੋ ਹਮ ਦੋ ਮਤਲਬ ਮੋਦੀ ਤੇ ਅਮਿਤ ਸ਼ਾਹ ਉਹੀ ਸਾਰਾ ਕੋਈ ਫੈਸਲਾ ਕਰਦੇ ਆ ਹਮਾਰੇ ਦੋ ਅਬਾਨੀ ਅਡਾਨੀ ਇਸ ਮੁਲਕ 'ਚ ਚਾਰ ਬੰਦੇ ਸਭ ਕੁਝ ਚਲਾ ਰਹੇ ਆ ਨਰਿੰਦਰ ਤੋਮਰ ਹਰੀ ਕੁਛ ਵੀ ਨਹੀਂ ਕਰਨ ਜੋਗੇ ਗੇ 2 ਵਜੇ ਮੀਟਿੰਗ ਦਾ ਟਾਈਮ ਆ 2:50 ਤੇ ਆਉਂਦੇ ਆ 3:15 ਲੰਚ ਦਾ ਟਾਈਮ ਹੋ ਜਾਂਦਾ 25 ਮਿੰਟ ਗੱਲ ਹੁੰਦੀ ਆ ਉਸ ਤੋਂ ਬਾਅਦ 4:45-5 ਵਜੇ ਫਿਰ ਆਉਂਦੇ ਆ ਫਿਰ 20 ਮਿੰਟ ਗੱਲ ਹੁੰਦੀ ਆ ਸਾਰੇ ਦਿਨ 'ਚ ਘੰਟਾ ਗੱਲ ਨਹੀਂ ਹੋਏਗੀ ਘੰਟਾ ਗੱਲ ਹੋਈ ਆ 3 ਘੰਟੇ ਬ੍ਰੇਕ ਤੇ ਰਹੇ ਆ ਰੈਲੀਆਂ ਦੀ ਰਿਹਰਸਲ ਰੱਖੀ ਗਈ 6 ਤਰੀਕ ਨੂੰ ਹੋਏਗੀ ਉਹ ਅਸੀਂ ਕੱਲ ਨੂੰ ਮੀਟਿੰਗ ਜਿਹੜੀ ਹੈਗੀ ਆ ਕਰ ਰਹੇ ਹੈਗੇ ਆ ਸਾਡਾ ਜਿਹੜਾ ਮੁੱਖ ਨਿਸ਼ਾਨਾ ਹੈਗਾ ਉਹ 26 ਜਨਵਰੀ ਹੈਗੀ ਆ ਪੰਜਾਬ ਦੇ ਲੋਕ ਨਾ 26 ਦੇ ਪਰਚੇ ਦੀ ਪਰਵਾਹ ਕਰਦੇ ਨਾ 26 ਜਨਵਰੀ ਦੀ ਪਰਵਾਹ ਕਰਦੇ ਆ ਇਹ 26 ਤਰੀਕ ਨੂੰ ਦੱਸਣਗੇ ਇੱਕ ਨਵਾਂ ਇਤਿਹਾਸ 26 ਨੂੰ ਲਿਖਿਆ ਜਾਊਗਾ ਅੱਠ ਵਾਲੀ ਮੀਟਿੰਗ 'ਚ ਕੋਈ ਮੰਗ ਹੈ ਜੀ ਕਿ ਕੋਈ ਟੌਪ ਕੈਬਨਿਟ ਰੈਂਕ ਦੇ ਵਿੱਚ ਮੰਤਰੀ ਹੋਣਾ ਚਾਹੀਦਾ ਸਾਡੀ ਮੰਗ ਆ ਭਾਵੇਂ ਕੋਈ ਹੌਲਦਾਰ ਸਾਹਮਣੇ ਬਹਿ ਜੇ ਇੱਕੋ ਮੰਗ ਆ ਰਪੀਲ ਰਪੀਲ ਤੇ ਰਪੀਲ ਇਸ ਤੋਂ ਇਲਾਵਾ ਦੂਸਰੀ ਕੋਈ ਮੰਗ ਨਹੀਂ ਤਾਂ ਬਿਲਕੁਲ ਜੀ ਮੰਗ ਹੈ ਕਾਨੂੰਨ ਵਾਪਸ ਕਰਨ ਦੀ ਮੰਗ ਹੈ ਪਰ ਹੁਣ ਦੇਖਣਾ ਇਹ ਹੈ ਕਿ ਇਹ ਮੰਗ ਕਿਵੇਂ ਪੂਰੀ ਹੁੰਦੀ ਹੈ ਕਿਉਂਕਿ ਵੱਡੀ ਗੱਲ ਇਹ ਹੈ ਕਿ ਵਾਰ ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਅਗਲੀ ਮੀਟਿੰਗ ਹੁਣ ਰੱਖੀ ਗਈ ਹੈ ਤੇ ਸਰਕਾਰ ਦੀ ਜੇਕਰ ਗੱਲ ਕਰ ਲਈਏ ਤਾਂ ਸਰਕਾਰ ਲਗਾਤਾਰ ਭਜਦੀ ਹੋਈ ਨਜ਼ਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਇੱਕ ਪਾਸੇ ਕਿਸਾਨਾਂ ਦੇ ਲਾਠੀ ਚਾਰਜ ਥਰੂ ਗੈਸ ਸੁੱਟੀ ਜਾ ਰਹੀ ਹੈ ਸਭ ਕੁਝ ਨਾਲ ਨਾਲ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਸਾਡੀ ਸਰਕਾਰ ਦਾ ਚਿਹਰਾ ਦੋਗਲਾ 80% ਸਰਕਾਰਾਂ ਦੇ ਚਿਹਰੇ ਦੋਗਲੇ ਹੋਇਆ ਕਰਦੇ ਆ ਜੀ ਜੀ ਪਰ ਇਹਦਾ ਬਹੁਤ ਜ਼ਿਆਦਾ ਦੋਗਲੇ ਚਿਹਰੇ ਦੇ ਅਨੁਸਾਰ ਸਰਕਾਰ ਕੰਮ ਕਰ ਰਹੀ ਹੈ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਪੀਸਫੁਲੀ ਆਪਦਾ ਪ੍ਰੋਟੈਸਟ ਕਰਨ ਦਾ ਅਲਾਊ ਹੈ ਲੇਕਿਨ ਸਾਡੀ ਸਰਕਾਰ ਫਿਰ ਵੀ ਮਤਲਬ ਕਿਸਾਨਾਂ ਦੇ ਲਾਠੀ ਚਾਰਜ ਕਰਦੀ ਹੈ ਇਹਦਾ ਮਤਲਬ ਸਪਸ਼ਟ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇੱਥੇ ਕਿਸਾਨਾਂ ਦਾ ਦਬਾਅ ਪ੍ਰੈਸ਼ਰ ਹੋਰ ਨਾ ਵਧੇ ਹਾਂ ਤਿਆਰੀ ਤਾਂ ਬੇਟਾ ਦੇਖੋ ਤਿਆਰੀ ਤਾਂ ਹੋ ਚੁੱਕੀ ਹੈ
ਤਿਆਰੀ ਦੀ ਕੋਈ ਕਸਰ ਬਾਕੀ ਨਹੀਂ। ਕਿਸਾਨ ਮਕੌੜਾ ਦੇ ਬੈਠੇ, ਸੜਕਾਂ ਰੋਡ ਹੋ ਚੁੱਕੀਆਂ ਨੇ, ਬਲੌਕ ਹੋ ਚੁੱਕੀਆਂ ਨੇ। ਜਿਹੜਾ 6 ਤਰੀਕ ਦਾ ਪ੍ਰੋਗਰਾਮ ਸੀ ਉਹਦੇ ਬਾਰੇ ਕੀ? ਹਾਂ, ਉਹਦੇ ਬਾਰੇ ਕੱਲ ਨੂੰ ਅਗਲੀ ਕੱਲ ਨੂੰ ਸਾਡੀ ਮੀਟਿੰਗ ਰੱਖ ਲਈ ਗਈ ਹੈ। ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ 11 ਵਜੇ ਮੀਟਿੰਗ ਹੋਏਗੀ। ਉਸ ਤੋਂ ਬਾਅਦ ਮਤਲਬ ਪੂਰੇ ਸੰਯੁਕਤ ਕਿਸਾਨ ਮੋਰਚੇ ਸਾਰੇ ਦੇਸ਼ ਦੀਆਂ ਜਥੇਬੰਦੀਆਂ ਦੀ ਕੱਲ ਨੂੰ ਮੀਟਿੰਗ ਹੋਏਗੀ। ਹੋਰ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਸਾਹਿਬ। ਅੱਗੇ ਮੀਟਿੰਗਾਂ 8-8 ਘੰਟੇ ਚੱਲਦੀਆਂ ਨੇ, ਅੱਜ ਜਲਦੀ ਬਾਹਰ ਆ ਗਏ ਤਾਂ ਹਾਂ ਭਾਉ ਸਰਕਾਰ ਦੇ ਪਹਿਲਾਂ ਵਰਗੇ ਨਰਮ ਸੀ ਜਾਂ ਅੱਜ ਸਖਤ ਸੀ ਜਿਵੇਂ ਲੰਗਰ ਤੁਹਾਡਾ ਨਹੀਂ ਸਕਿਆ? ਮੇਰਾ ਵੀ ਸਵਾਲ ਨਾਲ ਦਾ ਹੀ ਆ ਕਿ 4 ਘੰਟੇ ਤੋਂ ਜ਼ਿਆਦਾ ਜਿਹੜਾ ਸਮਾਂ ਲੱਗਿਆ ਮੀਟਿੰਗ 'ਚ, ਪਰ ਗੱਲਬਾਤ ਸਿਰਫ ਘੰਟਾ ਕੀ ਹੁੰਦੀ ਹੈ, ਬਾਕੀ ਲੰਚ ਟਾਈਮ ਦੇ ਵਿੱਚ ਤੋਮਰ ਨਿੰਦਰ ਤੋਮਰ ਨਹੀਂ ਆਉਂਦੇ, ਤਾਂ ਜਿਹੜੀ ਇਹ ਦੇਰੀ ਕੀਤੀ ਜਾ ਰਹੀ ਹੈ ਵਾਰ ਵਾਰ ਫੋਨ 'ਤੇ ਗੱਲਬਾਤ ਕਰਨਾ, ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਉਹੀ ਗੱਲ ਅੱਗੇ ਵੀ ਕਹੀ ਹੈ, ਇੱਧਰ ਪਹਿਲੀਆਂ 'ਚ ਹੀ ਮੈਂ ਗੱਲ ਕਰਕੇ ਹਟਿਆ ਹਾਂ ਕਿ ਸਰਕਾਰ ਦੇ ਉੱਤੇ ਕਾਰਪੋਰੇਟ ਲੋਕਾਂ ਦਾ ਪ੍ਰੈਸ਼ਰ ਹੈ। ਮੈਂ ਜਿਹੜੀ ਮਹਿਸੂਸ ਕਰ, ਜਿਹੜੀ ਅਸੀਂ ਮਹਿਸੂਸ ਕਰ ਰਹੇ ਹਾਂ, ਹੋ ਸਕਦਾ ਇਹ ਗੱਲ ਸੱਚ ਨਾ ਹੋਵੇ ਅਤੇ ਪਰ ਸਾਨੂੰ ਯਕੀਨ ਹੈ ਵੀ ਇਹ ਗੱਲ ਹੈ। ਔਰ ਉਹ ਕਾਰਪੋਰੇਟ ਲੋਕਾਂ ਦਾ ਪ੍ਰੈਸ਼ਰ ਹੈ ਜਿਹੜਾ, ਉਹ ਪ੍ਰੈਸ਼ਰ ਦੇ ਸਾਹਮਣੇ ਸਰਕਾਰ ਐਲਾਨ ਕਰਨ ਤੋਂ ਬੜਾ ਡਰ ਰਹੀ ਹੈ। ਲੇਕਿਨ ਦੂਸਰੇ ਪਾਸੇ ਤੁਹਾਡਾ ਸਾਡਾ ਸਾਰਿਆਂ ਦਾ ਮਿਲ ਕੇ ਪੂਰੇ ਦੇਸ਼ ਦਾ ਪ੍ਰੈਸ਼ਰ ਬਣਿਆ ਹੋਇਆ, ਉਹਦੇ ਸਾਹਮਣੇ ਝੁਕਣਾ ਵੀ ਪੈ ਰਿਹਾ ਸਰਕਾਰ ਨੂੰ। ਔਰ ਇਸ ਕਰਕੇ ਸਰਕਾਰ ਹਜੇ ਤੀਕਰ ਇਹਨੂੰ ਲੰਬਾ ਮੀਟਿੰਗ ਨੂੰ ਖਿੱਚਣਾ, ਉੱਠ ਕੇ ਜਾਣਾ, ਫਿਰ ਕਹਿੰਦਾ ਦਾ ਘੰਟਾ ਪੌਣਾ ਘੰਟਾ ਮੀਟਿੰਗ ਦੇ ਵਿੱਚ ਨਾ ਆਉਣਾ, ਇਹ ਗੱਲਾਂ ਆਪਣੇ ਆਪ ਸਿੱਧ ਕਰਦੀਆਂ ਹੈ, ਕਿਉਂ ਕਿਤੇ ਨਾ ਕਿਤੇ ਉਹਨਾਂ ਦੀ ਪਾਸੇ ਸਾਡੇ ਤੋਂ ਪਾਸੇ ਬੈਠ ਕੇ ਚਰਚਾ ਵੀ ਚੱਲਦੀ ਹੈ। ਇਹ ਉਹ ਚਰਚਾ ਕਿਹਦੇ ਨਾਲ ਚਲਾਉਂਦੇ ਨੇ, ਇਹ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਸਾਰੇ। ਇੱਕ ਡੱਲੇਵਾਲ ਸਾਹਿਬ, ਹੋਰ ਦੱਸੋ, ਫੋਟੋ ਸਾਹਮਣੇ ਆਏ ਸੀ, ਕਹਿੰਦੇ ਸੋਮ ਪ੍ਰਕਾਸ਼ ਨੇ ਹੱਥ ਜੋੜੇ ਕਿਸਾਨ ਲੀਡਰਾਂ ਅੱਗੇ, ਵੀ ਮੰਨ ਜਾਓ ਯਾਰ ਐਮ ਐਸ ਪੀ 'ਤੇ ਹੀ ਮੰਨ ਜਾਓ, ਦੇਸੀ ਸ਼ਬਦਾਂ 'ਚ ਕਹਿ ਦਈਏ। ਨਹੀਂ, ਦੇਖੋ ਮੈਂ ਬੇਨਤੀ ਕਰਾਂ, ਐਮ ਐਸ ਪੀ ਅਗਰ ਕਿਸਾਨ ਕੋਲ ਜ਼ਮੀਨ ਨਹੀਂ ਰਹਿੰਦੀ, ਸਾਡਾ ਪਹਿਲਾ ਡੰਡਾ ਇਸ ਗੱਲ 'ਤੇ ਹੈ ਕਿ ਕਾਨੂੰਨ ਰਪੀਲ ਕਰੋ ਪਹਿਲਾਂ ਜੀ, ਫਿਰ ਬਾਕੀ ਗੱਲਾਂ ਕਰਾਂਗੇ ਜੀ। ਜਿੰਨਾ ਚਿਰ ਕਾਨੂੰਨ ਰਪੀਲ ਨਹੀਂ ਹੁੰਦੇ, ਸਾਡੇ ਕੋਲ ਜ਼ਮੀਨ ਹੀ ਨਹੀਂ ਰਹਿੰਦੀ, ਅਸੀਂ ਐਮ ਐਸ ਪੀ ਵੀ ਕੀ ਕਰਨੀ ਹੈ, ਅਸੀਂ ਸਵਾਮੀਨਾਥਨ ਦੀ ਰਿਪੋਰਟ ਵੀ ਕੀ ਕਰਨੀ ਹੈ, ਅਸੀਂ ਬਿੱਲਾਂ ਦੇ ਜਿਹੜੇ ਦੂਸਰੇ ਮਤਲਬ ਬਿਜਲੀ ਐਕਟ ਲੈ ਕੇ ਆਏ ਉਹ ਰੱਦ ਕਰਾ ਕੇ ਕੀ ਕਰਨੇ ਨੇ, ਅਸੀਂ ਪਰਾਲੀ ਦੇ ਜਿਹੜੇ ਕਾਨੂੰਨ ਰੱਦ ਕਰਾ ਕੇ ਕੀ ਕਰਨੇ ਨੇ ਅਗਰ ਸਾਡੇ ਕੋਲ ਜ਼ਮੀਨ ਨਾ ਰਹੀ ਤਾਂ? ਸਾਡੀ ਪਹਿਲੀ ਲੜਾਈ ਹੈ ਜ਼ਮੀਨ ਨੂੰ ਜਿਉਂਦਿਆਂ ਰੱਖਣ ਦੀ, ਔਰ ਉਹਦੇ 'ਤੇ ਸਰਕਾਰ ਲਈ ਅੱਜ ਸਾਡੀ ਬਹਿਸ ਵੀ ਇਸੇ ਗੱਲ 'ਤੇ ਅੜੀ ਰਹੀ ਹੈ ਕਿ ਹੋਰ ਅਸੀਂ ਕੋਈ ਗੱਲ ਨਹੀਂ ਕਰ ਰਹੀ, ਪਹਿਲਾਂ ਕਾਨੂੰਨਾਂ ਨੂੰ ਰਪੀਲ ਕਰਨ ਦੀ ਗੱਲ। ਕਾਨੂੰਨਾਂ ਨੂੰ ਰਪੀਲ ਕਰੋ, 8 ਤਰੀਕ ਦੀ ਬੈਠਕ ਹੈ, ਹੁਣ ਦੇਖਣਾ ਇਹ ਹੈ ਕਿ ਇਸ ਬੈਠਕ ਦੇ ਵਿੱਚ ਜੋ ਅਗਲੀ ਜੋ 8 ਤਰੀਕ ਦੀ ਬੈਠਕ ਰੱਖੀ ਗਈ ਹੈ ਉਹਦੇ ਵਿੱਚ ਕਿਸ ਮੰਸ਼ਾ ਦੇ ਨਾਲ ਸਰਕਾਰ ਆਉਂਦੀ ਹੈ, ਕਿਸ ਮੰਸ਼ਾ ਦੇ ਨਾਲ ਕਿਸਾਨਾਂ ਦੀ ਗੱਲ ਸੁਣੀ ਜਾਂਦੀ ਹੈ, ਅਤੇ ਵੱਡੀ ਗੱਲ ਇਹ ਹੈ ਕਿ ਉਸ ਮੀਟਿੰਗ ਦੇ ਵਿੱਚ ਕੋਈ ਅਜਿਹਾ ਨਤੀਜਾ ਨਿਕਲਦਾ ਆ ਜਿਹਦੇ ਵਿੱਚੋਂ ਕਿਸਾਨ ਦੀ ਜੋ ਅਸਲ ਮੰਗ ਹੈ ਉਹਦੇ 'ਤੇ ਵਿਚਾਰ ਚਰਚਾ ਹੋਵੇਗੀ ਜਾਂ ਕਿਸਾਨਾਂ ਦੀ ਉਹ ਅਸਲ ਮੰਗ ਮੰਨੀ ਜਾਵੇਗੀ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਕਿਸਾਨ ਆਗੂ ਲਗਾਤਾਰ ਬਾਹਰ ਆ ਰਹੇ ਨੇ ਅਤੇ ਇਸ ਵਕਤ ਗੱਲਬਾਤ ਕਰ ਰਹੇ ਨੇ, ਹੋਰ ਕਿਸਾਨ ਆਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਜਦੋਂ ਕਿ ਤਲਖੀ ਹੋਣ ਦੀ ਗੱਲ ਕਰਦੇ ਸੀ ਕਿ ਬਲਬੀਰ ਸਿੰਘ ਰਾਜੇਵਾਲ ਨਾਲ ਥੋੜ੍ਹੀ ਬਹੁਤ ਤਲਖੀ ਹੋਈ ਹੈ ਅਤੇ ਰਾਜੇਵਾਲ ਸਾਹਿਬ ਸਾਡੇ ਨਾਲ ਨੇ, ਰਾਜੇਵਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜੇਵਾਲ ਜੀ ਨਾਲ, ਕਿਉਂਕਿ ਉਹਨਾਂ ਨੇ ਕਿਹਾ ਉਸੇ ਦਿਨ ਬਾਤ ਕਰ ਲੈਂਗੇ। ਜਦੋਂ ਤੁਸੀਂ ਰਿਪੀਲ ਕਰੋਗੇ ਉਦੋਂ ਉੱਠ ਕੇ ਜਾਵਾਂਗੇ, ਤੁਹਾਡਾ ਦਿਲ ਕਰਦਾ ਹੋਰ 2 ਮਹੀਨੇ ਬਿਠਾਈ ਰੱਖੋ, ਵੀ ਆਰ ਸਿਟਿੰਗ ਦੇ। ਉਹ ਟਰੈਕਟਰ ਰੈਲੀ ਦਾ ਕੱਲ੍ਹ ਦੀ ਮੀਟਿੰਗ 'ਚ ਹੋਏਗਾ ਡਿਸਾਈਡ। ਨਹੀਂ, ਉਹ ਉਹਨਾਂ ਨੇ ਕਿਹਾ ਵੀ ਐਮ ਐਸ ਪੀ ਦੇ ਮੁੱਦੇ 'ਤੇ ਵੀ ਉਸ ਦਿਨ ਗੱਲ ਕਰ ਲਾਂਗੇ। 8 ਤਰੀਕ ਨੂੰ ਜਿਹੜੀ ਕਿ ਗੱਲਬਾਤ ਹੋਣੀ ਹੈ, ਅਤੇ ਉਹ ਗੱਲਬਾਤ ਕਿਸ ਤਰ੍ਹਾਂ ਹੋਣੀ ਹੈ ਜ਼ਰੂਰ ਦੇਖਣ ਵਾਲੀ ਚੀਜ਼ ਹੈ, ਕਿਉਂਕਿ ਵਾਰ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਜੋ ਵਾਰ ਵਾਰ ਮੰਗ ਰੱਖੀ ਜਾਂਦੀ ਹੈ ਕਿ ਉਸ ਮੰਗ 'ਤੇ ਕਿਵੇਂ ਦੇਖਦੇ ਹੋ ਜੀ? ਅੱਜ ਦੀ ਮੀਟਿੰਗ ਨੂੰ ਜੇਕਰ ਵੇਖਿਆ ਜਾਵੇ ਤਾਂ ਇਹ ਜੋ ਗੱਲਾਂ ਕੀਤੀਆਂ ਗਈਆਂ, ਦੁਬਾਰਾ ਇਹ ਗੱਲ ਦੁਹਰਾਈ ਗਈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਬਾਕੀ ਮੁੱਦਿਆਂ 'ਤੇ ਗੱਲਬਾਤ ਕਰ ਲਓ? ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਤੂੰ 2 ਟੁੱਕ ਸਾਨੂੰ ਜਵਾਬ ਦੇ ਦੇ, ਦੁਨੀਆਂ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਔਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਤਾ ਲੱਗ ਜਾਏ ਵੀ ਅੱਜ ਸਰਕਾਰ ਦੇ ਦਰਵਾਜ਼ੇ ਕਿਸਾਨਾਂ ਵਾਸਤੇ ਬੰਦ ਨੇ, ਅਸੀਂ ਅਗਲੀ ਰਣਨੀਤੀ ਦਾ ਐਲਾਨ ਕਰਾਂਗੇ। ਬਹੁਤ ਸਾਰੀ ਬਹਿਸ ਦੇ ਵਿੱਚੋਂ ਪਿੱਛੇ ਆ ਕੇ ਉਹਨੇ ਖੇਤੀਬਾੜੀ ਮੰਤਰੀ ਨੇ 4 ਦਿਨ ਦਾ ਟਾਈਮ ਲਿਆ ਹੈ, 4 ਦਿਨ ਵਾਸਤੇ ਅਸੀਂ ਐਮ ਐਸ ਸੀ 'ਤੇ ਵੀ ਸੋਚ ਲਈਏ, ਔਰ ਬਹੁਤ ਦੇ ਬ੍ਰੰਟ ਜਿਹੜਾ ਤੁਸੀਂ ਸੱਦ ਰਹੇ ਹੋ ਸਾਡੇ ਕਾਲੇ ਕਾਨੂੰਨਾਂ ਨੂੰ, ਅਸੀਂ ਇਹਦੇ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਲਈਏ। 8 ਤਰੀਕ ਨੂੰ ਫਿਰ ਅਸੀਂ ਇਕੱਠੇ ਹੋਵਾਂਗੇ, ਅਸੀਂ ਉਹਨਾਂ ਨੂੰ ਮੌਕਾ ਦੇ ਤਾ, ਅਸੀਂ ਵਾਰ ਵਾਰ ਮੌਕਾ ਦੇ ਰਹੇ ਹਾਂ ਤਾਂ ਕਿ ਦੁਨੀਆਂ ਦੇ ਲੋਕ ਜਾਂ ਜਿਨ੍ਹਾਂ ਦੀ ਅਸੀਂ ਅਗਵਾਈ ਕਰ ਰਹੇ ਹਾਂ ਕਿਸਾਨ, ਇਹ ਨਾ ਮਹਿਸੂਸ ਕਰਨ ਵੀ ਸਾਡੇ ਲੀਡਰ ਜਜ਼ਬਾਤੀ ਨੇ, ਸਾਡੇ ਲੀਡਰ ਟੇਬਲ ਦੇ ਉੱਤੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਵਿਖਾ ਰਹੇ ਨੇ। ਅਸੀਂ ਉਹਨਾਂ ਨੂੰ ਫਿਰ 4 ਦਿਨ ਦਾ ਮੌਕਾ ਦੇ ਕੇ ਆਏ, 4 ਦਿਨ ਦਾ ਮੌਕਾ ਦੇ, ਲੇਕਿਨ ਇਸ ਤਰ੍ਹਾਂ ਕੋਈ ਅਜਿਹੀ ਗੱਲ ਹੋਈ ਤੁਹਾਡੇ ਤੋਂ ਇਹ ਕਿਹਾ ਗਿਆ ਵੀ ਜੋ ਤੁਸੀਂ ਸੰਘਰਸ਼ ਨੂੰ ਤੇਜ਼ ਕਰਨਾ ਆ ਉਸ ਨੂੰ ਰੱਦ ਕਰ ਦਿੱਤਾ, ਚਾਹੇ ਉਹ ਟਰੈਕਟਰ ਰੈਲੀ ਜਾਂ ਕੋਈ ਹੋਰ ਚੀਜ਼ ਹੈ?
नहीं वो तो कहते ने साडे बथेरे तरह तरह ने चर्चा किया है। मैनू सब तो खुशी ये है, मैनू सब तो वड्डा विश्वास है किसान संगठित मोर्चे के लीडर थंब वर्गा है खले ने और जेड़े बंदे साडे लीडर बोले ने एक आवाज सी, इको सुर सी, इको निशाना सी, इको सिद्धांत सी, इको साडा मिशन है। वो काले कानून किसानों के मौत के ब्रंट वाले कानून रद्द कराने ने, MSC का कानून बनाए बगैर असी छात नहीं होना। उस पता नहीं वो की प्रभाव गया बहस तो बाद कहिंदा चार दिन मैंने मौका दित्तो असी दे दिता। ये तो हुण सरकार की मर्जी है, असी तो डटे हुए हैं। उम्मीद तो उम्मीद नाल इंसान जिउंदा है, उम्मीद तो बगैर तो जिंदगी अधूरी है। उम्मीद तो है, असी नहीं चाहते इन्हां बच्चों मावां नूं भैणां नूं सड़कां दे इहो जिहे मौसम दे विच बाईए। उम्मीद तो सानू है, उम्मीद तो असी प्रधानमंत्री नूं अपील करदे आ वी तेनू द्वार ते लिखिया पढ़ लैणा चाहीदा, इह तेनू राजनीतिक कीमत बहुत वड्डी चुकाउणी पवेगी। ये अगे ही तेरा बहुत सारा जिहड़ा छवि सी दुनिया दे विच बनी वो खराब हो गई, ते हुण हिंदुस्तान के पिंडां विच हिंदुस्तान के सूबों में तू जहर जोगा नहीं रहा। तो फिर भी भला यह आ जे साडियां गल्लां मन लए, साडा नरेंद्र मोदी नाल भारतीय जनता पार्टी या भारत सरकार नाल कोई जाति रोला नहीं, साडा सिद्धांत रोला है, साडियां मंगां मन लवे, असीं इहनूं चंगा भी कह सकते हैं।